ਕਿਸਾਨ ਦੋਸਤੋ ਕਣਕ ਦਾ ਜਿਹੜਾ ਚੇਪਾ ਜਿਹਨੂੰ ਤੁਸੀਂ ਤੇਲਾ ਕਹਿੰਦੇ ਹੋ ਇਹਦਾ ਮੁੱਖ ਹਮਲਾ ਕਣਕ ਦੇ ਬਾਹਰ-ਬਾਰ ਹੁੰਦਾ ਹੈ ਅੰਦਰਲੇ ਪਾਸੇ ਨਹੀਂ ਹੁੰਦਾ ਬਾਹਰਲੀ ਵੱਟ ਤੋਂ ਕੇਵਲ ਇੱਕ ਕਰਮਤਾ ਕੀ ਇਹਦਾ ਹਮਲਾ ਦਿਖਾਈ ਦਿੰਦਾ ਹੈ ਅੰਦਰ ਨਹੀਂ ਹੁੰਦਾ ਇਸ ਕਰਕੇ ਚੇਪੇ ਵਾਲੀ ਜਾਂ ਤੇਲੇ ਵਾਲੀ ਸਪਰੇ ਸਾਰੀ ਕਣਕ ਦੇ ਉੱਤੇ ਨਾ ਕਰੋ ਕੇਵਲ ਦੇ ਕੇਵਲ ਬਾਹਰਲੇ ਪਾਸੇ ਅੰਦਰ ਨੂੰ ਫੁਆਰਾ ਕਰਕੇ ਚੱਕਰ ਕੱਢ ਦਿਓ ਜਿੱਥੇ ਤੁਸੀਂ 10 ਕਿੱਲੇ 15 ਕਿੱਲੇ ਦੇ ਜੇ ਕਰਨੇ ਆ ਤੇ 1 ਕਿੱਲੇ ਦੀ ਦਵਾਈ ਦੇ ਨਾਲ ਇੰਨੇ ਕਿੱਲਿਆਂ ਦਾ ਪਾਸਾ ਪਾਸਾ ਨਿਕਲ ਜੂਗਾ ਤੇ ਅੰਦਰ ਸਪਰੇਅ ਕਰਨ ਦਾ ਕੋਈ ਲਾਭ ਨਹੀਂ ਹੋਣਾ ਨਾ ਅੰਦਰ ਇਹ ਕੀੜਾ ਹੋਣਾ ਹੈ ਬਾਹਰੋਂ ਕੰਟਰੋਲ ਕਰੋ ਤਾਂ ਕਿ ਅੰਦਰ ਨੂੰ ਇਹਦਾ ਹਮਲਾ ਨਾ ਵਧੇ ਇਹ ਹਮਲਾ ਬਾਹਰੋਂ ਅੰਦਰ ਨੂੰ ਜਾਣਾ ਹੈ ਤੇ ਦਵਾਈ ਹੈਗੀ ਹੈ ਥਾਇਆਮਿਥੋਕਸਮ 25% ਵਾਲੀ 20 ਗ੍ਰਾਮ 100 ਲੀਟਰ ਚ ਪਾ ਕੇ ਸਪਰੇਅ ਕਰੋ ਬਹੁਤ ਵਧੀਆ ਕੰਟਰੋਲ ਹੋਵੇਗਾ